ਹੈਲੋ ਡੀਅਰ ਸਟੂਡੈਂਟਸ ਅੱਜ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 8 9 ਅਤੇ 10 ਰੀਡ ਕਰਾਂਗੇ ਤੁਸੀਂ ਪਹਿਲਾਂ ਪੜ ਚੁੱਕੇ ਹੋ ਕਿ ਹੁਸ਼ਿਆਰ ਚੰਦ ਅਤੇ ਕੋਰਾਂ ਦੀ ਵੱਡੀ ਧੀ ਮੇਲੋ ਜੋ 17 18 ਸਾਲਾਂ ਦੀ ਹੈ ਹੁਸ਼ਿਆਰ ਚੰਦ ਨੇ ਉਸ ਦਾ ਰਿਸ਼ਤਾ ਜੰਡਪੁਰੇ ਤੈਅ ਕੀਤਾ ਹੈ ਤੇ ਉਸਦੀ ਪਤਨੀ ਕੋਰਾ ਇਸ ਰਿਸ਼ਤੇ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੀ ਹੈ ਨਾਓ ਓਪਨ ਯੋਰ ਬੁక్స్ పేਜ ਨੰਬਰ 8 ਰੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੁਝ ਔਖੇ ਸ਼ਬਦਾਂ ਦੇ ਅਰਥ ਲਿਖਾਂਗੇ ਬੜੇ ਭਾਗਵਾਨ ਖੁਸ਼ਕਿਸਮਤ ਖਲ ਜਗਨ ਜੰਜਾਲ ਪ੍ਰਾਕਰਮੀ ਮਿਹਨਤੀ ਸਹਿਸਾ ਲੱਥਾ ਚਿੰਤਾ ਖਤਮ ਹੋਈ ਟੋ ਮਿਲਾਇਆਏ ਸਬਬ ਬਨਾਇਆਏ ਸਹਿਜ ਪੱਕੇ ਸੋ ਮਿੱਠਾ ਹੋ ਬੇਟਾ ਇਹ ਇੱਕ ਅਖਾਣ ਹੈ ਇਸ ਦਾ ਭਾਵ ਹੈ ਕਿ ਸਹਿਜ ਦਾ ਨਾਲ ਕੀਤਾ ਕੰਮ ਚੰਗਾ ਹੁੰਦਾ ਹੈ ਨਸੀਬਾਂ ਕਰਮਾਂ ਜਾਂ ਭਾਗਾਂ ਵੀ ਕਹਿ ਸਕਦੇ ਹਾਂ ਨਾਉ ਦੁਹਾਜੂ ਦੁਹਾਜੂ ਬੇਟਾ ਦੂਸਰਾ ਵਿਆਹ ਕਰਵਾਉਣ ਵਾਲਾ ਜਿਸ ਆਦਮੀ ਦੀ ਪਤਨੀ ਮਰ ਚੁੱਕੀ ਹੋਵੇ ਜਾਂ ਉਸ ਦਾ ਤਲਾਕ ਹੋ ਗਿਆ ਹੋਵੇ ਤੇ ਉਹ ਦੂਸਰਾ ਵਿਆਹ ਕਰਵਾਏ ਤਾਂ ਉਸ ਨੂੰ ਦੁਹਾਜੂ ਕਿਹਾ ਜਾਂਦਾ ਹੈ ਹੁਣ ਅਸੀਂ ਰੀਡਿੰਗ ਸ਼ੁਰੂ ਕਰਾਂਗੇ ਕੌਰਾ ਚੰਗਾ ਚੰਗਾ 10 ਫੇਰ ਹੁਸ਼ਿਆਚੰਦ ਮੈਂ ਹੁਣੇ ਹੀ ਰਾਜੇ ਨੂੰ ਮਿਲ ਕੇ ਆਇਆ ਆ ਉਹ ਇੱਧਰ ਵੀ ਪਿਆ ਆਉਂਦਾ ਸੀ ਤੇ ਮੈਨੂੰ ਰਾਹ ਵਿੱਚ ਮਿਲ ਪਿਆ ਕੌਰਾ ਤੂੰ ਉਹਨੂੰ ਆਉਣ ਕਿਉਂ ਨਾ ਦਿੱਤਾ ਸਾਰੀ ਗੱਲ ਮੈਂ ਉਹਦੇ ਮੂੰਹੋਂ ਸੁਣ ਲੈਂਦੀ ਹੁਸ਼ਿਆਚੰਦ ਉਹ ਇੱਧਰ ਆ ਰਿਹਾ ਸੀ ਤੇ ਮੈਂ ਅੱਗੇ ਕੰਮ ਜਾ ਰਿਹਾ ਸੀ ਸੋਈ ਮੈਂ ਉਹਨੂੰ ਨਾਲ ਹੀ ਲੈ ਗਿਆ ਗੱਲ ਸਾਰੀ ਤੂੰ ਮੇਰੇ ਕੋਲੋਂ ਸੁਣ ਲੈ ਕਹਿੰਦਾ ਏ ਪਈ ਕੋਈ ਚੰਗੇ ਭਾਗ ਹੋਣ ਤਾਂ ਇਹੋ ਜਿਹਾ ਕਰ ਲੱਭਦਾ ਏ ਬੜੇ ਭਾਗਵਾਨ ਨੇ ਰਿਜਕ ਤਾਂ ਰੱਬ ਨੇ ਰੱਜ ਕੇ ਦਿੱਤਾ ਹੋਇਆ ਏ ਬੜਾ ਵੱਡਾ ਖਲ ਜਗਣੇ ਪਰਾਕਰਮੀ ਖਾਨਦਾਨੇ ਆਹਰੇ ਬਾਹਰੇ ਵਿੱਚ ਮੰਨੇ ਤੰਨੇ ਹੋਏ ਹਰ ਥਾਂ ਬੁਖ ਬੁਖ ਕੇਸਰ ਪਿੰਦਾ ਹੈ ਉਹਨੂੰ ਹੁਸ਼ਿਆਰ ਚੰ ਜਦੋਂ ਕੋਰਾਂ ਨੂੰ ਮੈਲੋ ਦੇ ਰਿਸ਼ਤੇ ਬਾਰੇ ਦੱਸਦਾ ਹੈ ਤਾਂ ਉਹ ਉਸ ਪਰਿਵਾਰ ਦੀਆਂ ਬਹੁਤ ਵਡਿਆਈਆਂ ਕਰਦਾ ਹੈ ਉਸ ਨੂੰ ਕਹਿੰਦਾ ਹੈ ਕਿ ਬਹੁਤ ਸਾਡੀ ਤੇ ਬਹੁਤ ਖੁਸ਼ਕਿਸਮਤ ਹੈ ਕਿ ਉਸ ਨੂੰ ਇੰਨਾ ਵਧੀਆ ਰਿਸ਼ਤਾ ਲੱਭਿਆ ਹੈ ਇਹ ਉਹ ਬਹੁਤ ਹੀ ਖੁਸ਼ਕਿਸਮਤ ਹਨ ਰਿਜਕ ਤਾਂ ਰੱਬ ਨੇ ਰੱਜ ਕੇ ਦਿੱਤਾ ਹੈ ਕਾ ਉਹਨਾਂ ਦੇ ਘਰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਬੜਾ ਵੱਡਾ ਖਲਜਗਨ ਹੈ ਤੇ ਆਲੇ-ਦੁਆਲੇ ਉਹਨਾਂ ਦੀ ਬਹੁਤ ਪ੍ਰਸਿੱਧੀ ਹੈ ਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਕੋਰਾ ਸ਼ੁਕਰ ਹੈ ਰੱਬ ਦਾ ਇਹ ਵੀ ਦਿਨ ਰਾਤ ਦਾ ਸਹਸਾ ਲੱਥਾ ਮੇਰੀ ਤਾਂ ਫਿਕਰ ਨਾਲ ਜਾਨ ਸੁੱਕਦੀ ਜਾਂਦੀ ਸੀ ਹੁਣ ਕੋਰਾ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਚੰਗਾ ਹੋਇਆ ਵਧੀਆ ਰਿਸ਼ਤਾ ਲੱਗ ਪਿਆ ਮੇਰੀ ਤਾਂ ਚਿੰਤਾ ਹੀ ਜਾਨ ਸੁੱਕਦੀ ਜਾਂਦੀ ਸੀ ਹੁਸ਼ਿਆਰ ਜਨ ਵੇਖ ਰੱਬ ਨੇ ਕਿਹਾ ਚੰਗਾ ਟੋ ਮਿਲਾਇਆ ਏ ਸਹਿਜ ਪੱਕੇ ਸੋ ਮਿੱਠਾ ਹੋ ਉਹਨਿਆਸ਼ੁਸ਼ਾਚਨ ਉਸਨੂੰ ਕਹਿੰਦਾ ਹੈ ਕਿ ਪਰਮਾਤਮਾ ਨੇ ਬਹੁਤ ਹੀ ਵਧੀਆ ਸਬਾਬ ਬਣਾਇਆ ਹੈ ਕਿਉਂਕਿ ਸਹਿਜ ਦਾ ਨਾਲ ਕੀਤਾ ਕੰਮ ਹਮੇਸ਼ਾ ਹੀ ਚੰਗਾ ਹੁੰਦਾ ਹੈ ਤੂੰ ਬੜੀ ਕਾਲੀ ਪਾਈ ਹੋਈ ਸੈਂ ਕਾਲੀ ਨਾਲ ਕੁਝ ਨਹੀਂ ਬਣਦਾ ਮੇਲੋ ਬੜੀ ਨਸੀਬਾਂ ਵਾਲੀ ਏ ਤੇ ਉਹਦੇ ਨਸੀਬਾਂ ਨੂੰ ਸਾਰੇ ਕੰਮ ਆਪ ਆਪਣੇ ਆਪ ਰਾਸ ਹੁੰਦੇ ਜਾਂਦੇ ਨੇ ਕਿ ਤੂੰ ਤਾਂ ਰਿਸ਼ਤੇ ਲਈ ਬੜੀ ਕਾਲੀ ਪਈ ਹੋਈ ਸੀ ਪਰ ਪ੍ਰਮਾਤਮਾ ਨੇ ਅਜਿਹਾ ਟੋ ਮਿਲਿਆ ਹੈ ਕਿ ਉਸ ਦਾ ਰਿਸ਼ਤਾ ਬਹੁਤ ਹੀ ਵਧੀਆ ਹੋ ਗਿਆ ਹੈ। ਕੋਰਾ ਸੁਖ ਨਾਲ ਮੁੰਡਾ ਕਿੱਡੀ ਕੁ ਉਮਰ ਦਾ ਏ ਕੁਵਾਰਾ ਏ ਕਿ ਦੁਹਾਜੂ। ਹੁਣ ਕੋਰਾ ਉਸ ਦੀ ਉਮਰ ਬਾਰੇ ਪੁੱਛਦੀ ਹੈ ਕਿ ਉਹ ਕੁਵਾਰਾ ਏ ਕਿ ਦੁਹਾਜੂ ਏ। ਹੁਸ਼ਿਆਰ ਚੰਦ ਹੱਥ ਦੀ ਸਹੰਤ ਨਾਲ ਕੋਰਾ ਨੂੰ ਚੁੱਪ ਕਰਾਉਂਦਾ ਹੈ ਤੇ ਫੇਰ ਮੇਲੋ ਨੂੰ ਕਾਕੋ ਤੂੰ ਜਾ ਇੱਕ ਕੰਮ ਕਰ ਆ ਮੇਲੋ ਮੈਂ ਫੁਲਕਾਰੀ ਕੱਢਣੀ ਪਈ ਆ ਠਹਿਰ ਕੇ ਜਾਉ। ਕੋਰਾ ਫੁਲਕਾਰੀ ਫੇਰ ਨਾ ਕੱਢੀ ਜਾਓ ਜਾ ਮੇਰੀ ਬੀਬੀ ਤੀ ਮੇਲੋ ਕੀ ਕੰਮ ਏ ਹੁਸ਼ਿਆਰ ਚੰਦ ਪੰਡਤਾਲੀ ਵੱਲ ਜਾ ਓਨੂੰ ਕੋ ਬਈ ਪਾਂਦਾ ਜਦੋਂ ਬਾਹਰੋਂ ਆਵੇ ਤਾਂ ਓਨੂੰ ਛੱਟਪਟ ਇੱਧਰ ਭੇਜੇ ਮੇਲੋ ਕਿਹੜੀ ਪੰਡਤਾਨੀ ਕੋਰਾ ਇੱਥੇ ਕੋਈ 10 20 ਪੰਡਤਾਨੀਆਂ ਹਨ ਉਹ ਬੁੱਢੇ ਪਾਂਦੇ ਦੀ ਵੋਟੀ ਹੋਰ ਕਿਹੜੀ ਮੇਲੋ ਮੈਨੂੰ ਠੀਕ ਪਤਾ ਨਹੀਂ ਉਹਦਾ ਘਰ ਕਿੱਥੇ ਕੋਰਾ ਜਾ ਪਰਯੋਬ ਬਸੰਤੋ ਨੂੰ ਨਾਲ ਲੈ ਜਾ ਉਹਨੂੰ ਪਤਾ ਏ ਮੇਲੋ ਚਲੀ ਜਾਂਦੀ ਹੈ ਹੁਣ ਜਦੋਂ ਕੋਰਾ ਹੁਸ਼ਿਆਰ ਜੰ ਨੂੰ ਮੁੰਡੇ ਦੀ ਉਮਰ ਪੁੱਛਦੀ ਹੈ ਤਾਂ ਉਹ ਹੁਸ਼ਿਆਰ ਜੰਦ ਉਸ ਨੂੰ ਇਸ਼ਾਰੇ ਨਾਲ ਚੁੱਪ ਕਰਾਉਂਦਾ ਹੈ ਤਾਂ ਮੇਲੋ ਨੂੰ ਘਰ ਤੋਂ ਬਾਹਰ ਪੰਡਤਾਨੀ ਨੂੰ ਬੁਲਾਉਣ ਲਈ ਭੇਜ ਦਿੰਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਬਸੰਤੋ ਨੂੰ ਵੀ ਨਾਲ ਲੈ ਜਾ ਬਸੰਤੋ ਮੇਲੋ ਦੀ ਸਹੇਲੀ ਹੈ ਹੁਣ ਬੇਟਾ ਪੇਜ ਨੰਬਰ 8 ਵਿੱਚ ਹੁਸ਼ਿਆਰचंद ਆਪਣੀ ਧੀ ਮੈਲੋ ਨੂੰ ਹੋਰ ਕਿਹੜੇ ਨਾਮ ਨਾਲ ਬੁਲਾਉਂਦਾ ਹੈ ਹੁਸ਼ਿਆਰचंद ਆਪਣੀ ਧੀ ਮੈਲੋ ਨੂੰ ਕਾਕੋ ਕਹਿ ਕੇ ਬੁਲਾਉਂਦਾ ਹੈ ਹੁਸ਼ਿਆਰचंद ਮੈਲੋ ਨੂੰ ਕਿਸ ਤੇ ਘਰ ਭੇਜਦਾ ਹੈ ਹੁਸ਼ਿਆਰचंद ਮੈਲੋ ਨੂੰ ਪੰਡਤਾਣੀ ਦੇ ਘਰ ਭੇਜਦਾ ਹੈ ਬਸੰਤੋ ਕੌਣ ਹੈ ਬਸੰਤੋ ਮੈਲੋ ਦੀ ਸਹੇਲੀ ਹੈ ਹੁਣ ਬੇਟਾ ਅਸੀਂ ਪੇਜ ਨੰਬਰ 9 ਰੀਡ ਕਰਾਂਗੇ ਉਸ਼ਿਆ ਚੰਦ ਮੈਂ ਕਹਿਣ ਲੱਗਾ ਸੀ ਪਈ ਲਾਜੋ ਮੰਜੀ ਤੋਂ ਉੱਤਰ ਕੇ ਫੁਲਕਾਰੀ ਚੁੱਕ ਲੈਂਦੀ ਹੈ ਤੇ ਮਾਂ ਕੋਲ ਆ ਕੇ ਲਾਜੋ ਮਾਂ ਮੈਂ ਫੁਲਕਾਰੀ ਕੱਢਾਂ ਮੇਰਾ ਜੀ ਕਰਦਾ ਏ ਹੁਣ ਲਾਜੋ ਕੌਣ ਐ ਮੇਲੋ ਦੀ ਛੋਟੀ ਭੈਣ ਮੇਲੋ ਆਪਣੇ ਪਿਤਾ ਦੇ ਕਹਿਣ ਤੇ ਪੰਡਤਾਲੀ ਨੂੰ ਬੁਲਾਉਣ ਚਲੀ ਗਈ ਹੈ ਤੇ ਲਾਜੋ ਉਸਦੀ ਫੁਲਕਾਰੀ ਚੁੱਕ ਕੇ ਕੱਢਣਾ ਸ਼ੁਰੂ ਕਰ ਦਿੰਦੀ ਹੈ ਕੋਰਾ ਨਾ ਨਾ ਤੂੰ ਖਰਾਬ ਕਰ ਦੇਵੇਂਗੀ ਪਹਿਲਾਂ ਭੈਣ ਕੋਲੋਂ ਸਿੱਖੀ ਫੇਰ ਕੱਢੀ ਲਾਜੋ ਮੈਂ ਪਿੱਛੋਂ ਸਿੱਖ ਲਵਾਂਗੀ ਹੁਣ ਮੈਨੂੰ ਕੱਢਣ ਦੇ ਮੇਰਾ ਜੀ ਕਰਦਾ ਏ ਹੁਸ਼ਿਆਰ ਚੰਦ ਹੈ ਸਰਮੁੰਨੀ ਰੋਲਾ ਨਾ ਪਾ ਸਾਨੂੰ ਗੱਲ ਕਰਨ ਦੇ ਲਾਜੋ ਰੋਣ ਵਾਲਾ ਮੂੰਹ ਬਣਾ ਕੇ ਫੇਰ ਫੁਲਕਾਰੀ ਕੱਢਣ ਦਿਓ ਨਾ ਕੋਰਾ ਚਲ ਝਿੜਕਣਾ ਅਣਿਆਣੀ ਜਿ ਹੋਈ ਲਾਜੋ ਨੂੰ ਫੁਲਕਾਰੀ ਦੇ ਕੇ ਲੈ ਮਰ ਖਸਮਣਾ ਖਾਣੀ ਖਰਾਬ ਨਾ ਕਰੀ ਹੁਣ ਫੁਲਕਾਰੀ ਲਾਜੋ ਕੱਢਣਾ ਚਾਹੁੰਦੀ ਹੈ ਤੇ ਮੈਲੋ ਜੋ ਕਿ ਘਰੋਂ ਪੰਡਤਾਣੀ ਦੇ ਘਰ ਗਈ ਹੋਈ ਹੈ ਤਾਂ ਹੁਸ਼ਿਆਰ ਚੰਦ ਆਪਣੀ ਧੀ ਲਾਜੋ ਨੂੰ ਸਿਰਮੁੰਨੀ ਕਹਿ ਕੇ ਵੀ ਬੁਲਾਉਂਦਾ ਹੈ ਤੇ ਕੋਰਾ ਉਸ ਨੂੰ ਮੰਦੇ ਸ਼ਬਦਾਂ ਦਾ ਪ੍ਰਯੋਗ ਕਰਦੀ ਹੋਈ ਕਹਿੰਦੀ ਹੈ ਕਿ ਫੁਲਕਾਰੀ ਖਰਾਬ ਨਾ ਕਰ ਦੇ ਦੇ ਲਾਜੋ ਫੁਲਕਾਰੀ ਨੂੰ ਸਿਰ ਉੱਤੇ ਲੈ ਕੇ ਇੱਧਰ-ਉੱਧਰ ਆਪਣੇ ਵੱਲ ਵੇਖ ਕੇ ਖੁਸ਼ੀ ਨਾਲ ਟੱਪਦੀ ਹੋਈ ਆਹਾ ਜੀ ਬੜੀ ਚੰਗੀ ਲੱਗਦੀ ਏ ਕੋਰਾ ਹੈ ਕੀ ਕਰਨੀ ਹੈ ਖਰਾਬ ਨਾ ਕਰ ਲਾਜੋ ਇਹ ਤਾਂ ਮੈਂ ਲੈ ਲੈਣੀ ਹੈ ਮੈਨੂੰ ਬੜੀ ਚੰਗੀ ਲੱਗਦੀ ਹੈ ਪੀੜੀ ਉੱਤੇ ਬੈਠ ਜਾਂਦੀ ਹੈ ਤੇ ਫੁਲਕਾਰੀ ਦਾ ਇੱਕ ਖੁੰਝਾ ਕੱਢਣ ਲੱਗ ਪੈਂਦੀ ਹੈ ਖੁੰਝਾ ਭਾਵ ਨੁਕਰ ਫੁਲਕਾਰੀ ਦਾ ਇੱਕ ਨੁਕਰ ਤੋਂ ਕਢਾਈ ਕੱਢਣੀ ਸ਼ੁਰੂ ਕਰ ਦਿੰਦੀ ਹੈ ਹੁਸ਼ਿਆਰ ਚੰਦ ਮੈਂ ਮੇਲੋਂ ਨੂੰ ਭੇਜਿਆ ਸੀ ਪਈ ਕੁਝ ਗੱਲਬਾਤ ਕਰੀਏ ਕਰ ਲਈਏ ਸੋਈ ਇਸ છોકરી ਨੇ ਵਿੱਚ ਰੋਲਾ ਪਾ ਦਿੱਤਾ ਏ ਹੁਣ ਹੁਸ਼ਿਆਰ ਚੰਦ ਕਹਿੰਦਾ ਮੇਲੋਂ ਨੂੰ ਭੇਜਿਆ ਸੀ ਕਿ ਅਸੀਂ ਗੱਲਬਾਤ ਕਰ ਸਕੀਏ ਪਰ ਉਸ ਦੀ ਜਗ੍ਹਾ ਹੁਣ ਲਾਜੋ ਵੀ ਉਹਨਾਂ ਨੂੰ ਗੱਲਬਾਤ ਕਰਨ ਵਿੱਚ ੜਕਾਵਟ ਬਣ ਰਹੀ ਹੈ ਕੋਰਾ ਚੱਲ ਛੱਡ ਇਹਨੂੰ ਹੁਣ ਆਪੇ ਚੁੱਪ ਬੈਠ ਰਹੇਗੀ ਹਾਂ ਫਿਰ ਦੱਸ ਨਾ ਭਈ ਕੁਵਾਰਾ ਏ ਕਿ ਦੁਹਾਜੂ ਹੁਸ਼ਿਆਰ ਚੰਦ ਤੂੰ ਤਾਂ ਅਣਿਆਣਿਆਂ ਵਾਲੀਆਂ ਗੱਲਾਂ ਕਰਨੀ ਐ ਭਲਾ ਚੰਗੇ ਘਰਾਂ ਦੇ ਮੁੰਡੇ ਕੁਵਾਰੇ ਬੈਠੇ ਰਹਿੰਦੇ ਨੇ ਹੁਸ਼ਿਆਰ ਚੰਦ ਕੋਰਾਂ ਨੂੰ ਕਹਿੰਦਾ ਹੈ ਕਿ ਤੂੰ ਨਿਆਣਿਆਂ ਵਾਲੀਆਂ ਗੱਲਾਂ ਕਰਦੀ ਐ ਬੱਚਿਆਂ ਵਾਲੀਆਂ ਗੱਲਾਂ ਕਰਦੀ ਐ ਭਲਾ ਚੰਗੇ ਘਰਾਂ ਦੇ ਮੁੰਡੇ ਕਿਤੇ ਕੁਵਾਰੇ ਬੈਠੇ ਰਹਿੰਦੇ ਨੇ ਕੋਰਾਂ ਫਿਰ ਦੁਹਾਜੂ ਹੋਇਆ ਨਾ ਕੋਈ ਬਾਲ ਬੱਚਾ ਵੀ ਐ ਹੁਸ਼ਿਆਰ ਚੰਦ ਦੋ ਮੁੰਡੇ ਤੇ ਇੱਕ ਕੁੜੀ ਹੁਣ ਜਿਹੜਾ ਉਹਨਾਂ ਨੇ ਜੰਡਪੁਰੇ ਬੇਟਾ ਰਿਸ਼ਤਾ ਲੱਭਿਆ ਹੈ ਉਹ ਬੁੱਢਾ ਦੁਹਾਜੂ ਹੈ ਤੇ ਉਸਤੇ ਦੋ ਮੁੰਡੇ ਤੇ ਇੱਕ ਕੁੜੀ ਹੈ ਕੋਰਾਂ ਏ ਤਾਂ ਕੁਝ ਨਾ ਹੋਇਆ ਲੋਕੀ ਕੀ ਕਹਿਣਗੇ ਪਈ ਸਾਨੂੰ ਕੋਈ ਕਵਾਰਾ ਨਹੀਂ ਸੀ ਮਿਲਦਾ ਜਦੋਂ ਹਾ ਜੁਦੇ ਲੜ ਲਈ ਹੁਸ਼ਿਆਰ ਚੰ ਲੋਕਾਂ ਨੂੰ ਕਹਿਣ ਦੇ ਜੋ ਕਹਿੰਦੇ ਨੇ ਉਹਨਾਂ ਦਾ ਤਾਂ ਕਹਿਣਾ ਹੀ ਹੈ ਕਦੀ ਸਾਰੀ ਦੁਨੀਆ ਨੂੰ ਵੀ ਕਿਸੇ ਨੇ ਖੁਸ਼ ਕੀਤਾ ਏ ਕੋਰਾ ਮੈਂ ਇਹ ਕਹਿਨੀ ਆ ਸਾਡੇ ਸਾਖ ਅੰਗ ਕੀ ਕਹਿਣਗੇ ਸਾਰੇ ਮੈਨੂੰ ਛੀਬੀਆਂ ਦੇਣਗੇ ਅਸੀਂ ਕਿਸੇ ਦੀ ਜ਼ੁਬਾਨ ਤਾਂ ਨਹੀਂ ਫੜ ਲੈਣੀ ਘਰ ਘਰ ਗੱਲਾਂ ਹੋਣਗੀਆਂ ਹੁਣ ਜਦੋਂ ਕੋਰਾਂ ਨੂੰ ਇਹ ਸਪਸ਼ਟ ਹੁੰਦਾ ਹੈ ਕਿ ਉਸਦੇ ਦੋ ਮੁੰਡੇ ਤੇ ਇੱਕ ਕੁੜੀ ਹੈ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਸਾਡੇ ਰਿਸ਼ਤੇਦਾਰ ਸਾਨੂੰ ਕੀ ਕਹਿਣਗੇ ਕਿ ਸਾਨੂੰ ਤਾਣੇ ਮਾਰਨਗੇ ਕਿ ਅਸੀਂ ਕਿਸੇ ਦੀ ਜ਼ੁਬਾਨ ਤਾਂ ਨਹੀਂ ਫੜ ਲੈਣੀ ਕਿ ਲੋਕ ਸਾਨੂੰ ਕੀ ਕਹਿਣਗੇ ਕਿ ਇਹਨਾਂ ਨੂੰ ਕੋਈ ਕੁਵਾਰਾ ਮੁੰਡਾ ਨਹੀਂ ਸੀ ਲੱਭਾ ਜੋ ਇਹਨਾਂ ਨੇ ਦੁਹਾਜੂ ਦੇ ਲੜ ਆਪਣੀ ਕੁੜੀ ਨੂੰ ਲਾ ਦਿੱਤਾ ਹੈ 9 ਪੇਜ ਨੰਬਰ 10 ਹੁਸ਼ਿਆਰ ਚੰਦ ਤੂੰ ਇੰਨਾ ਭਰਮਾਂ ਵਿੱਚ ਪਈ ਰਹਿਣਾ ਏ ਤੇ ਸਾਖ ਹੱਥੋਂ ਨਿਕਲ ਜਾਣਾ ਏ ਇੱਕ ਵੱਡੇ ਖਾਨਦਾਨ ਨਾਲ ਮੱਥਾ ਲੱਗਣ ਲੱਗਾ ਏ ਸਭੋਂ ਸ਼ੁਕਰ ਕਰ ਉਹਨਾਂ ਨੂੰ ਤਾਂ ਇਸ ਵੇਲੇ ਵੀ ਆਉਂਦੀਆਂ ਨੇ ਉਹਨੂੰ ਸ਼ਾਹ ਚੰਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਇੰਨਾ ਭਰਮਾਂ ਵਿੱਚ ਇੰਨਾ ਵਹਿਮਾਂ ਵਿੱਚ ਪਈ ਰਹਿਣਾ ਏ ਤੇ ਚੰਗਾ ਰਿਸ਼ਤਾ ਸਾਡੇ ਹੱਥੋਂ ਨਿਕਲ ਜਾਣਾ ਏ ਤੂੰ ਸਪਗੋ ਪਰਮਾਤਮਾ ਦਾ ਸ਼ੁਕਰ ਕਰਕੇ ਇੱਕ ਚੰਗੇ ਪਰਿਵਾਰ ਨਾਲ ਰਿਸ਼ਤਾ ਜੋੜਨ ਲੱਗਾ ਏ ਸਾਡੀ ਮੇਲੋਂ ਦਾ ਚੰਗੇ ਪਰਿਵਾਰ ਵਿੱਚ ਰਿਸ਼ਤਾ ਹੋਣ ਲੱਗਾ ਏ ਨਹੀਂ ਤਾਂ ਇਸ ਵੇਲੇ ਤਾਂ ਉਹਨਾਂ ਨੂੰ ਹੋਰ ਵੀ ਕਈ ਰਿਸ਼ਤੇ ਆਉਂਦੇ ਨੇ ਕੋਰਾ ਆਮਦਨ ਕਿੰਨੀ ਕੁ ਸੋ ਹੁਣ ਪੈਸੇ ਬਾਰੇ ਪੁੱਛਦੀ ਹੈ ਕਿ ਕਿੰਨੀ ਆਮਦਨ ਹੈ ਕਿੰਨਾ ਕੁ ਉਹਨਾਂ ਦੇ ਕਮਾਈ ਹੈ ਹੁਸ਼ਿਆਰ ਚੰਦ ਤੈਨੂੰ ਆਖਿਆ ਜੋਏ ਨਾ ਬੜੇ ਰੱਜੇ ਹੋਏ ਨੇ ਆਪ ਜਿਲਾ ਕਚਹਿਰੀ ਵਿੱਚ ਨਾਜ਼ਰ ਸੀ ਹੋਰ ਘਰ ਦੀਆਂ ਜ਼ਮੀਨਾਂ ਖੂ ਬਾਗ ਜਾਇਦਾਦਾਂ ਹੋ ਨਹੀਂ ਤਾਂ ਕੁੜੀ ਕਿਸੇ ਗੱਲੋਂ ਥੁੜੀ ਨਾ ਰਹੋ ਗਉ ਉੱਥੇ ਛੱਡੀਏ ਜਿੱਥੇ ਕਾ ਹੋਵੇ ਉੱਠ ਖੜਾ ਹੁੰਦਾ ਹੈ ਮਨੁਸ਼ਿਆ ਚੰਦ ਉਸ ਜੰਡਪੁਰੇ ਦੇ ਰਿਸ਼ਤੇ ਬਾਰੇ ਆਪਣੀ ਪਤਨੀ ਕੋਰਾਂ ਨੂੰ ਕਹਿੰਦਾ ਹੈ ਕਿ ਮੁੰਡਾ ਕਚੈਰੀ ਵਿੱਚ ਨਾਜ਼ਰ ਹੈ ਬੇਟਾ ਨਾਜ਼ਰ ਕਿੰਨੂੰ ਕਿਹਾ ਜਾਂਦਾ ਹੈ ਜਿਹੜਾ ਕਚੈਰੀ ਦੇ ਹਰ ਕੰਮ ਵਿੱਚ ਹਿਸਾਬ ਕਿਤਾਬ ਦਾ ਕੰਮ ਰੱਖਦਾ ਹੈ ਉਹਨੂੰ ਨਾਜ਼ਰ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਜ਼ਮੀਨਾਂ ਖੂ ਬਾਗ ਬਹੁਤ ਨੇ ਭਾਵੇਂ ਉਹਨਾਂ ਦੀ ਬਹੁਤ ਜਾਇਦਾਦ ਹੈ ਤੇ ਉਥੇ ਸਾਡੀ ਧੀ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣੀ ਕਿਹਾ ਜਾਂਦਾ ਹੈ ਜਾਂ ਸਿਆਣਿਆਂ ਦਾ ਕਥਨ ਹੈ ਕਿ ਧੀਆਂ ਦੇ ਰਿਸ਼ਤੇ ਚੰਗੇ ਰੱਜੇ ਪੁੱਜੇ ਲੋਕਾਂ ਦੇ ਨਾਲ ਹੀ ਕਰੀਦੇ ਹਨ ਕੋਰਾ ਹਾਂ ਇਹ ਤਾਂ ਠੀਕ ਹੈ ਪਰ ਲੋਕਾਂ ਦਾ ਮੂੰਹ ਰੱਖਣਾ ਵੀ ਤਾਂ ਔਖਾ ਏ ਅੱਛਾ ਸਾਡੇ ਕੀ ਵਾਸਤੇ ਸਭ ਸੰਜੋਗਾਂ ਦੇ ਹਾਥੇ ਕੋਰਾ ਹੁਸ਼ਿਆਰ ਚੰਨ ਨੂੰ ਕਹਿੰਦੀ ਹੈ ਕਿ ਜੇ ਅਸੀਂ ਉਸ ਤੇ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਤੇ ਲੋਕਾਂ ਦਾ ਮੂੰਹ ਵੀ ਤਾਂ ਬੰਦ ਕਰਨਾ ਇਹ ਨਾ ਲੋਕ ਸਾਨੂੰ ਗੱਲਾਂ ਕਰਨਗੇ ਕਈ ਕਈ ਗੱਲਾਂ ਸਾਨੂੰ ਕਰਨਗੇ ਫਿਰ ਕਹਿੰਦੀ ਹੈ ਕਿ ਚਲੋ ਇਹ ਤੇ ਸੰਜੋਗਾ ਦੀ ਗੱਲ ਹੈ ਕਿ ਜਿੱਥੇ ਮੇਲ ਹੋਇਆ ਉੱਥੇ ਰਿਸ਼ਤਾ ਹੋ ਹੀ ਜਾਣਾ ਹੈ ਹੁਸ਼ਿਆਰ ਚੰਨ ਕੁੜੀ ਸਾਡੀ ਬੜੀ ਭਾਗਾਂ ਵਾਲੀ ਹੈ ਇੰਨੇ بڑا ਸੁੱਖ ਪੋਣਾ ਹੈ ਕੋਰਾ ਪਰ ਤੂੰ ਜਾਤ ਵੱਲੋਂ ਤਾਂ ਕੁਝ ਦੱਸਿਆ ਹੀ ਨਹੀਂ ਹੁਸ਼ਿਆਰ ਚੰਨ ਤੈਨੂੰ ਜੋ ਦੱਸਿਆ ਏ ਸਭ ਕੁਝ ਠੀਕ ਏ ਜਾਤਾਂ ਸਾਡੀਆਂ ਮਿਲਦੀਆਂ ਨੇ ਤੂੰ ਕੋਈ ਤੋਖਲਾ ਨਾ ਕਰ ਬਾਕੀ ਤੈਨੂੰ ਮੈਂ ਫੇਰ ਦੱਸਾਂਗਾ ਹੁਣ ਜਰਾ ਬਾਵੇ ਵੱਲੋਂ ਹੋ ਆਵਾਂ ਹੁਣ ਉਹਨੂੰ ਕਹਿੰਦਾ ਹੈ ਕਿ ਕੁੜੀ ਸਾਡੀ ਬੜੀ ਹੀ ਕਿਸਮਤ ਵਾਲੀ ਏ ਉਸਨੇ ਬੜੇ ਹੀ ਸੁੱਖ ਪਾਉਣਾ ਏ ਠੀਕ ਏ ਤੇ ਫੇਰ ਉਹਨੂੰ ਜਾਤ ਵੱਲੋਂ ਪੁੱਛਦੀ ਹੈ ਕੋਰਾ ਉਸਨੂੰ ਜਾਤ ਵੱਲੋਂ ਪੁੱਛਦੀ ਹੈ ਹੁਸ਼ਿਆਰ ਚੰਦ ਕਹਿੰਦਾ ਹੈ ਕਿ ਤੈਨੂੰ ਸਭ ਕੁਝ ਦਾਤਾ ਦਿੱਤਾ ਹੈ ਸਭ ਕੁਝ ਠੀਕ ਹੈ ਤੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਪਾਵ ਫਿਕਰ ਨਾ ਕਰ ਬਾਕੀ ਤੈਨੂੰ ਮੈਂ ਫੇਰ ਦੱਸਾਂਗਾ ਤੇ ਹੁਣ ਮੈਂ ਬਾਵੇ ਵੱਲੋਂ ਹੁਣ ਬਾਵਾ ਕੌਣ ਹੈ ਪਿੰਡ ਦਾ ਕੋਈ ਆਦਮੀ ਹੈ ਜਿਹਨੂੰ ਮਿਲਣ ਵਾਸਤੇ ਹੁਸ਼ਿਆਰ ਚੰਦ ਜਾਂਦਾ ਹੈ ਹੁਸ਼ਿਆਰ ਚੰਦ ਚਲਿਆ ਜਾਂਦਾ ਹੈ ਨਾ ਕੋਰਾ ਆਪਣੇ ਆਪ ਨਾਲ ਸ਼ੁਕਰ ਹੈ ਇਹ ਵੀ ਮੇਰਾ ਫਿਕਰ ਲੱਥਾ ਕੁੜੀ ਆਪਣੇ ਘਰ ਵੱਸੂ ਰਸੂ ਹੁਣ ਪਰਮਾਤਮਾ ਦਾ ਸ਼ੁਕਰ ਕਰ ਰਹੀ ਹੈ ਕਿ ਚਲੋ ਚੰਗੇ ਘਰ ਰਿਸ਼ਤਾ ਹੋ ਗਿਆ ਕੁੜੀ ਆਪਣੇ ਘਰ ਚਲੀ ਜਾਵੇਗੀ ਐਵੇਂ ਕਹਿੰਦੇ ਨੇ ਰੱਬ ਥੰਮਾ ਚੋਂ ਬੋਰਦਾ ਏ ਹੁਣ ਉਹ ਆਪਣੇ ਆਪ ਨਾਲ ਗੱਲਾਂ ਕਰੀਏ ਕਿ ਰੱਬ ਥੰਮਾ ਚੋਂ ਬੋਰਦਾ ਹੈ ਭਾਵੇਂ ਰੱਬ ਓਖੇ ਵੇਲੇ ਕਿਸੇ ਵੀ ਰੂਪ ਵਿੱਚ ਹਾਜ਼ਰ ਹੋ ਕੇ ਮਨੁੱਖ ਦੀ ਮਦਦ ਕਰਦਾ ਹੈ ਜੇ ਦਿਨ ਆਵਣ ਚੰਗੜੇ ਤੇ ਪੁੱਜੇ ਉੱਗਣ ਮੋਟ ਬੇਟਾ ਇੱਕ ਅਖਾਨ ਹੈ ਇਹਦਾ ਭਾਵ ਹੈ ਕਿ ਜੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਪੁੱਠੀਆਂ ਵੀ ਸਿੱਧੀਆਂ ਪੈ ਸਕਦੀਆਂ ਹਨ ਦੇ ਜੇ ਦਿਨ ਆਵਨ ਚੰਗੜੇ ਪੁੱਜੇ ਉੱਗਣ ਮੋਠ 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 ਬੇਟਾ ਦਾਲ ਹੁੰਦੀ ਐ ਇੱਥੇ ਇਹਨਾਂ ਕਹਿਨ ਦਾ ਭਾਵ ਆ ਕਿ ਜੇ ਕਣਕ ਜਾਂ ਮੋਠਾਂ ਦੀ ਦਾਲ ਨੂੰ ਭੁੰਨ ਕੇ ਬੀਜਿਏ ਤਾਂ ਉਹ ਕਦੇ ਵੀ ਫਸਲ ਨਹੀਂ ਹੁੰਦੀ ਪਰ ਜੇ ਪ੍ਰਮਾਤਮਾ ਦੀ ਨજર ਸਵੱਲੀ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ ਰਾਤ ਦਿਨ ਚਿੰਤਾ ਵਿੱਚ ਲੰਘਣਾ ਸੀ ਤੇ ਲਬ ਲਬ ਥੱਕ ਗਏ ਸਾਂ ਪਰ ਜਦੋਂ ਰੱਬ ਦੀ ਨજર ਸਵੱਲੀ ਹੋਈ ਤਾਂ ਸਭ ਕੁਝ ਆਪੇ ਹੀ ਹੋ ਜਾਏਗਾ ਖੁਸ਼ੀ ਨਾਲ ਗਾਉਂਦੀ ਹੈ ਤੇ ਫੇਰ ਕੱਤਣਾ ਬੰਦ ਕਰਕੇ ਚਰਖੇ ਨੂੰ ਚੁੱਕ ਕੇ ਕੰਦ ਨਾਲ ਖੜਾ ਕਰ ਦਿੰਦੀ ਹੈ ਹੁਣ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਕਿ ਪ੍ਰਮਾਤਮਾ ਨੇ ਚੰਗਾ ਢੋ ਮਿਲਾਇਆ ਹੈ ਕਿ ਪ੍ਰਮਾਤਮਾ ਸਰਬਵਿਆਪਕ ਹੈ ਸਰਵਸ਼ਕਤੀਮਾਨ ਹੈ ਜੋ ਪ੍ਰਮਾਤਮਾ ਨੇ ਕਰਨਾ ਹੈ ਉਹੀ ਹੋਣਾ ਹੈ ਇਸ ਤਰ੍ਹਾਂ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਆਪਣਾ ਚਰਖਾ ਕੱਤਣਾ ਬੰਦ ਕਰਕੇ ਤੇ ਉਸ ਨੂੰ ਕੰਦ ਨਾਲ ਖੜਾ ਕਰ ਦਿੰਦੀ ਹੈ ਲਾਜੋ ਉੱਤੋਂ ਕੀ ਫੁਲਕਾਰੀ ਨੂੰ ਕਿਸੇ ਟੀਟ ਦੀ ਕਿਸੇਟ ਦੀ ਮਾਂ ਕੋਲ ਲੈ ਜਾਂਦੀ ਹੈ ਤੇ ਆਪਣਾ ਕੱਢਿਆ ਹੋਇਆ ਵਿਖਾ ਕੇ ਵੇਖ ਮਾਂ ਮੈਂ ਮੇਲੋ ਕੋਲੋਂ ਵੀ ਚੰਗਾ ਕੱਢਿਆ ਏ ਉਂਗਲ ਨਾਲ ਵਿਖਾ ਕੇ ਹੈ ਨਾ ਬੜਾ ਸੋਹਣਾ ਕੋਰਾ ਵੇਖ ਕੇ ਟ ਖਿਜ ਕੇ ਕੀ ਕੱਢਿਆ ਈ ਸਿਰ ਖਸਮ ਦਾ ਆਖਿਆ ਸੀ ਭਾਈ ਨਾ ਕੱਢ ਸਾਰਾ ਖਰਾਬ ਕਰ ਦਿੱਤਾ ਈ ਖਸਮ ਭਾਵ ਘਰ ਵਾਲਾ ਹੁਣ ਉਹ ਫੁਲਕਾਰੀ ਕੱਟਦੀ ਹੈ ਤੇ ਜਿਸ ਕਰਕੇ ਉਸਦੀ ਮਾਂ ਉਸਨੂੰ ਮੰਦੇ ਸ਼ਬਦਾਂ ਦਾ ਪ੍ਰਯੋਗ ਕਰਦੀ ਹੈ ਗੁੱਸੇ ਹੁੰਦੀ ਹੈ ਕਿ ਤੂੰ ਇਹ ਸਾਰਾ ਖਰਾਬ ਕਰ ਦਿੱਤਾ ਹੈ ਲਾਜੋ ਤੈਨੂੰ ਤਾਂ ਵੇਖਣ ਦੀ ਜਾਂਚ ਨਹੀਂ ਮਾਂ ਮੈਨੂੰ ਤਾਂ ਬੜਾ ਹੀ ਚੰਗਾ ਲੱਗਦਾ ਹੈ ਮੈਂ ਆਪਣੀਆਂ ਗੁੱਡੀਆਂ ਲਈ ਸਾਰੇ ਪਟੋਲੇ ਕੱਢ ਲੈਣੇ ਨੇ ਜਦੋਂ ਉਹਨਾਂ ਦਾ ਵਿਆਹ ਕਰੂੰ ਤਾਂ ਦਾਜ ਵਿੱਚ ਦਵਾਂ ਕੋਰਾ ਕਮਲੀ ਜਈ ਗੁੱਡੀਆਂ ਦੇ ਸਿਰ ਮੁੰਨ ਛੱਡ ਪਰੇ ਬੈਠ ਕੇ ਲਾਜੋ ਨੂੰ ਗੋਦੀ ਲੈ ਲੈਂਦੀ ਹੈ ਹੁਣ ਲਾਜੋ ਬੇਟਾ 6-7 ਵਰਿਆਂ ਦੀ ਹੈ ਤੇ ਉਹ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਉਸਨੇ ਗੁੱਡੀਆਂ ਦੇ ਪਟੋਲੇ ਕੱਢ ਲੈਣੇ ਹਨ ਜੋ ਕਿ ਉਹਨੇ ਉਸ ਨੂੰ ਦਾਜ ਵਿੱਚ ਦੇਣੇ ਹਨ ਇਸ ਤਰ੍ਹਾਂ ਬੇਟਾ ਉਹ ਆਪਣੀ ਗੁੱਡੀਆਂ ਨਾਲ ਖੇਡਣਾ ਸ਼ੁਰੂ ਕਰ ਦਿੰਦੀ ਹੈ ਤੇ ਉਸਦੀ ਮਾਂ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲੈਂਦੀ ਹੈ ਸੋ ਹੁਣ ਅਸੀਂ ਇਕਾਂਗੀ ਸੁਹਾਗ ਦਾ ਪੰਨਾ ਨੰਬਰ 8 9 ਤੇ 10 ਦੀ ਰੀਡਿੰਗ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਆਪ ਰੀਡ ਕਰੋਗੇ ਤਾ ਜੋ ਚੰਗੀ ਤਰ੍ਹਾਂ ਸਮਝ ਸਕੋ ਟਿਲ ਦਨ